تقریبا فرقی نمی کنی. آفتا به دردی شرم کرو، شرم کرو، شرم کرو، شرم کرو، شرم کرو، شرم کرو، ਅੱਜ ਦਾ ਜਿਹੜਾ ਰੋਸ਼ ਧਰਨਾ ਵਾ ਜਿਹੜਾ ਕੱਲ੍ਹ ਵੈਸਟ ਬੰਗਾਲ ਦੇ ਵਿੱਚ ਸਾਡੇ ਰਾਸ਼ਟਰੀ ਅਧਿਆਕਸ਼ ਅਮਿਤ ਸ਼ਾਹ ਜੀ ਦੇ ਉੱਪਰ ਇਹਨਾਂ ਨੇ ਅਟੈਕ ਕੀਤਾ, ਟੀ ਐੱਮ ਸੀ ਦੇ ਕਾਰਜਕਰਤਾਵਾਂ ਨੇ, ਅਸੀਂ ਉਹਦੇ ਵਿਰੋਧ ਦੇ ਵਿੱਚ ਕਰ ਰਹੇ ਹਾਂ ਕਿਉਂਕਿ ਵੈਸਟ ਬੰਗਾਲ ਦੇ ਵਿੱਚ ਸਾਡੀ ਪਾਰਟੀ ਬਹੁਤ ਅੱਗੇ ਹੈ, ਅਸੀਂ ਸੀਟਾਂ ਜਿੱਤ ਰਹੇ ਹਾਂ ਔਰ ਮਮਤਾ ਬੈਨਰਜੀ ਆਪਣੀ ਹਾਰ ਨੂੰ ਦੇਖਦੇ ਹੋਏ ਇੱਦਾਂ ਦੀ ਕਾਲੀ ਕਰਤੂਤਾਂ ਕਰ ਰਹੀ ਆ ਔਰ ਆਪਣੇ ਗੁੰਡਿਆਂ ਨੂੰ ਜਿਹੜੇ ਉਹਦੇ ਕਾਰਜਕਰਤਾ ਹੈਗੇ ਆ ਸਾਡੇ ਰਾਸ਼ਟਰੀ ਅਧਿਆਕਸ਼ ਜਿਹੜਾ ਉਹਨਾਂ ਅਟੈਕ ਕੀਤਾ ਵਾ, ਅਸੀਂ ਉਹਦੀ ਪੁਰਜੋ ਨਿਖੇਧੀ ਕਰਦੇ ਹਾਂ ਔਰ ਇਲੈਕਸ਼ਨ ਕਮਿਸ਼ਨ ਕੋਲ ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ ਵੀ ਕੰਮ ਕੀਤਾ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਉਹਨਾਂ ਦੀ ਕੈਂਡੀਡੇਟ ਖਤਮ ਕੀਤੀ ਜਾਵੇ। ਨਹੀਂ, ਭਾਜਪਾ ਤਾਂ ਸਟੈਂਡ ਲੈ ਰਹੀ ਹੈ ਪੂਰਾ, ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਜ਼ਿਲ੍ਹਾ ਸਤਰ ਦੇ ਉੱਪਰ ਸਾਡੇ ਇੱਜ਼ਤ ਧਰਨੇ ਪ੍ਰਦਰਸ਼ਨ ਹੋ ਰਹੇ ਆ। ਭਾਰਤੀ ਜਨਤਾ ਪਾਰਟੀ ਦਾ ਕਿਸੇ ਵੀ ਕਾਰਜਕਰਤਾ 'ਤੇ ਕੋਈ ਵੀ ਆਂਚ ਆਏਗੀ ਤਾਂ ਪਾਰਟੀ ਉਹਦੇ ਲਈ ਸਟੈਂਡ ਲੈ ਗਈ। ਇਹ ਤੋਂ ਪਹਿਲਾਂ ਵੀ ਜੋਗੀ ਰਾਜ ਜਦੋਂ ਉੱਥੇ ਗਏ ਸੀ ਉਹਨਾਂ ਨੂੰ ਉੱਥੇ ਉਤਰਨ ਵੀ ਨਹੀਂ ਦਿੱਤਾ ਗਿਆ। ਇਹ ਦੇਖੋ, ਮੈਂ ਤੁਹਾਨੂੰ ਪਹਿਲਾਂ ਕਿਹਾ ਗਾ ਕਿ ਉਹਨਾਂ ਨੂੰ ਆਪਣੀ ਹਾਰ ਨਿਸ਼ਚਿਤ ਨਜ਼ਰ ਆ ਰਹੀ ਹੈ। ਅੱਜ ਵੈਸਟ ਬੰਗਾਲ ਦੇ ਵਿੱਚ ਜੋ ਬੀਜੇਪੀ ਦੇ ਫੇਵਰ ਹੈ ਔਰ ਉਸ ਚੀਜ਼ ਨੂੰ ਦੇਖਦੇ ਹੋਏ ਟੀ ਐੱਮ ਸੀ ਵਾਲੇ ਕਾਰਜਕਰਤਾ ਉੱਥੇ ਦੇ ਮੁੱਖ ਮੰਤਰੀ ਐਸੀ ਘਿਨੌਣੀ ਹਰਕਤ ਕਰ ਰਹੀ ਹੈ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਹਰ ਬੰਦੇ ਨੂੰ ਰਾਈਟ ਹੈਗਾ ਵਾ ਆਪਣੀ ਗੱਲ ਰੱਖਣ ਦਾ, ਰੈਲੀ ਕਰਨ ਦਾ, ਰੋਡ ਸ਼ੋਅ ਕਰਨ ਦਾ, ਲੇਕਿਨ ਐਡੀਆਂ ਘਟੀਆ ਹਰਕਤਾਂ ਕਰਨੀਆਂ ਅੱਜ ਤੱਕ ਅਸੀਂ ਲੋਕਤੰਤਰ ਨੇ ਦੇਖਿਆ, ਜੋ ਵੈਸਟ ਬੰਗਾਲ ਦੇ ਵਿੱਚ ਹੋ ਰਿਹਾ ਵਾ ਇਹ ਬਹੁਤ ਹੀ ਖੇਦਜਨਕ ਹੈ, ਅਸੀਂ ਪੂਰੀ ਉਹਦੀ ਨਿਖੇਧੀ ਕਰਦੇ ਹਾਂ। ਅਸੀਂ ਇਹੀ ਮੰਗ ਕਰਦੇ ਹਾਂ ਵੀ ਜਿਹਨਾਂ ਵੀ ਕਾਰਜਕਰਤਾਵਾਂ ਨੇ ਉੱਥੇ ਉਹਨਾਂ ਦੇ ਉੱਪਰ ਪੱਥਰ ਫੈਂਕੇ ਜਾਂ ਕੋਈ ਅਟੈਕ ਕੀਤਾ ਵਾ ਉਹਨਾਂ ਦੇ ਖਿਲਾਫ਼ ਪਰਚਾ ਹੋਵੇ, ਉੱਥੇ ਦਾ ਕੈਂਡੀਡੇਟ ਹੈ ਉਹਦੀ ਰੱਦ ਕੀਤੀ ਜਾਵੇ।